ਮਹਾਲੀ ਪੁਲਿਸ ਦੀ CIA ਵੱਲੋਂ 2 ਦਿਨ ਪਹਿਲਾਂ ਕਿੱਥੇ ਗਏ ਇਨਕਾਊਂਟਰ 'ਚ ਦੋ ਬਦਮਾਸ਼ ਕਾਬੂ ਕੀਤੇ ਗਏ ਸੀ ਪ੍ਰਿੰਸ ਤੇ ਕਰਮਜੀਤ ਹਾਲਾਂਕਿ ਲਗਾਤਾਰ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੁਣ ਸਾਹਮਣੇ ਆ ਰਿਹਾ ਤੇ ਪੁਲਿਸ ਦੀ ਪੁੱਛਗਿੱਛ 'ਚ ਹੋਰ ਵੀ ਜਿਹੜੇ ਦੋ ਨਾਂ ਸਾਹਮਣੇ ਆਏ ਸੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਉਹਨਾਂ ਦੇ ਜਿਹੜੇ ਦੋ ਸਾਥੀ ਆ ਤੇ ਇਹ ਥਾਰ ਗੱਡੀ ਜੋ ਕਿ ਕਰੀਬ 3 ਮਹੀਨੇ ਪਹਿਲਾਂ ਏਅਰਪੋਰਟ ਰੋਡ ਤੇ ਖੋਈ ਗਈ ਸੀ ਲੁੱਟਖੋ ਕੀਤੀ ਗਈ ਸੀ ਇਹ ਥਾਰ ਗੱਡੀ ਵੀ ਹੁਣ ਰਿਕਵਰ ਕਰ ਲਈ ਗਈ ਹੈ ਪੁੱਛਕਿਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਇਹ ਲੁੱਟਖੋ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਸੀ ਔਰ ਇੱਕ ਪੂਰਾ ਇੱਕ ਆਪਣਾ ਇੱਕ ਗਰੋਹ ਬਣਾ ਕੇ ਰਾਤ ਦੇ ਸਮੇਂ ਇੱਕ ਲੁੱਟਖੋ ਕਰਦੇ ਸੀ ਗੱਡੀਆਂ ਹੋਗੀਆਂ ਜਾਂ ਪੈਸੇ ਹੋਗੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੁੱਟਖੋ ਕਰਦੇ ਸੀ ਜਿਹਦੇ ਵਿੱਚ ਪ੍ਰੇਮਸ ਤੇ ਕਰਮਜੀਤ ਹੈ ਉਹ ਵੀ ਸ਼ਾਮਿਲ ਹੈ ਹਾਲਾਂਕਿ ਉਹਨਾਂ ਦਾ ਉਹਨਾਂ ਨੂੰ ਫੜ ਲਿਆ ਗਿਆ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਸੀਨੀਅਰ ਆਫਸਰ ਵੀ ਨੇ ਇੰਚਾਰਜ ਨੇ ਸੀਆਈਏ ਦੇ ਸ਼ਿ ਕੁਮਾਰ ਜੀ ਇਹ ਜਿਹੜੇ ਦੋ ਬੰਦੇ ਫੜੇ ਸੀਗੇ ਪ੍ਰਿੰਸ ਤੇ ਕਰਮਜੀਤ ਇਹ ਗੱਡੀ ਉਹੀ ਹੈ ਜਿਹੜੀ ਲੁੱਟਕੋ ਕੀਤੀ ਸੀ 에어ਪੋਰਟ ਰੋਡ ਤੇ ਬਿਲਕੁਲ ਜੀ ਰਾਤੀ ਜਿਹੜਾ ਤੁਸੀਂ ਦੇਖਿਆ ਉਹ ਸਾਡੇ ਕੋਲ ਜਿਹੜਾ 16 17 ਦੇ ਸਾਡੇ ਅਸੀਂ ਦੋ ਬੰਦੇ ਜਿਹੜੇ ਫੜੇ ਸੀ ਪਹਿਲਾਂ ਜਿਹਦੇ ਵਿੱਚ ਇੱਕ ਪ੍ਰਿੰਸ ਔਰ ਕਰਮਜੀਤ ਨਾਂ ਦੇ ਬੰਦੇ ਫੜੇ ਸੀ ਜਿਨ੍ਹਾਂ ਨੇ ਇੱਕ ਪੁਲਿਸ ਦੇ ਇਨਕਾਊਂਟਰ ਕੀਤਾ ਸੀ ਦਰਾਨੇ ਜਿਹੜੀ ਨੇ ਪੋਸਟ ਕੀ ਚਾਇਆ ਜੋ ਜੋ ਇਹਨਾਂ ਨੇ ਵਾਰਦਾਤਾਂ ਕੀਤੇ ਇਹਨਾਂ ਨੇ ਇੱਕ ਕਰੀਬ 3 ਕੁ ਮਹੀਨੇ ਪਹਿਲਾਂ ਤੁਸੀਂ ਆ ਦੇਖ ਲਓ ਇੱਕ ਜਿਹੜੀ ਸਾਡੀ ਥਾਰ ਗੱਡੀ ਹੈ ਤੇ ਇਹਨਾਂ ਨੇ ਜਿਹੜਾ ਰਾਤ ਨੂੰ 12:30 ਵਜੇ ਨੇ ਇਹ ਗੱਡੀ ਸਨੇਚ ਕੀਤੀ ਸੀ ਗਨਪੁਆਇੰਟ ਤੇ ਲਿਆ ਕੇ ਸੀ ਇਹ ਗੱਡੀ ਦੇ ਵਿੱਚ ਇਹਨਾਂ ਨੇ ਚਾਰ ਜਣੇ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਉਹਦੇ ਵਿੱਚ ਪ੍ਰਿੰਸ ਕਰਮਜੀਤ ਤੇ ਗੁਰਮੁਖ ਮੰਗਾ ਔਰ ਸਾਹਿਲ ਇਹ ਵੀ ਇਹਨਾਂ ਦੇ ਸਾਥੀ ਇਹ ਇਹਨਾਂ ਦੇ ਨਾਲ ਦੇ ਸਾਥੀ ਸੀਗੇ ਠੀਕ ਜਿਹਨਾਂ ਨੇ ਰਾਤ ਪਹਿਲੇ ਇਹ ਗੱਡੀ ਗਨਪੁਆਇੰਟ ਤੇ ਖੋਹ ਕੀਤੀ ਸੀ ਠੀਕ ਹੈ ਔਰ ਇਹਨਾਂ ਦੀ ਅਗਲੀ ਪੁਛ ਕਿਸ ਤੇ ਜਿਹੜਾ ਇਹਨਾਂ ਦੇ ਨਾਲ ਅਸੀਂ ਜਿਹੜੇ ਦੋ ਬੰਦੇ ਆ ਗੁਰਮੁਖ ਔਰ ਸਾਹਿਲ ਜਿਹੜਾ ਇਹਨਾਂ ਦੇ ਸਾਥੀ ਸੀ ਉਹ ਅਸੀਂ ਅਰੈਸਟ ਕੀਤੇ ਗਏ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਪੁਛ ਕੀਤੀ ਇਹ ਥਾਰ ਗੱਡੀ ਜਿਹੜੀ ਆ ਉਹਨਾਂ ਕੋਲੋਂ ਬਰਾਮਦ ਹੋਈ ਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿੰਨੇ ਦਿਨਾਂ ਤੋਂ ਐਕਟਿਵ ਸੀਗੇ ਸਰ ਇਹ ਲਗਾਤਾਰ ਸਾਡੇ ਜਿਹੜੇ ਮੁਹਾਲੀ ਦੇ ਵਿੱਚ ਜਿਹੜਿਆ ਕਰੀਬ ਡੇਢ ਦੋ ਸਾਲ ਤੋਂ ਲਗਾਤਾਰ ਸਾਡੇ ਮੁਹਾਲੀ ਜੀਰਕਪੁਰ ਟਕੋਲੀ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਵਾਰਦਾਤਾਂ ਨੂੰ ਕਾਫੀ ਦੇ ਦੇਣਾ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹ ਤਸਵੀਰਾਂ ਵੀ ਦੇਖਦੇ ਸਰ ਇਹੀ ਦੋ ਜਿਹੜੇ ਉਹਦੇ ਸਾਥੀ ਆ ਜਿਨ੍ਹਾਂ ਨੂੰ ਕਾਬੂ ਕੀਤਾ ਬਿਲਕੁਲ ਜੀ ਇਹ ਸਾਡੇ ਨਾਲ ਆ ਇੱਕ ਜਿਹੜਾ ਗੁਰਮਖ ਸਿੰਘ ਆ ਔਰ ਮੰਗਾ ਔਰ ਨਾਲ ਇਹਨਾਂ ਦਾ ਸਾਹਿਲ ਹੈ ਤੇ ਇਹ ਦੋ ਸਾਥੀ ਨਾਲ ਉਹਦੇ ਨਾਲ ਜਿਹੜੇ ਆ ਜਿਨ੍ਹਾਂ ਨੂੰ ਹੁਣ ਇਹਨਾਂ ਦਾ ਮੈਡੀਕਲ ਕਰਾਉਣ ਲਈ ਲੈ ਕੇ ਜਾ ਰਹੇ ਨੇ ਇਹ ਉਹੀ ਸਾਥੀ ਨੇ ਜਿਨ੍ਹਾਂ ਕੋਲ ਇਹਨਾਂ ਨੇ ਥਾਰ ਗੱਡੀ ਜਿਹੜੀ ਉਹਨਾਂ ਰਾਤ ਨੂੰ 12 ਵਜੇ ਨੇ ਖੋਹ ਕੀਤੀ ਆ ਤੇ ਗੱਡੀ ਤੁਹਾਡੇ ਸਾਹਮਣੇ ਬਰਾਮਦ ਕਰ ਲਈ ਗਈ ਹੈ ਹੁਣ ਤੱਕ ਦੀ ਪੁਛਗਿਛ ਹੋਰ ਕੀ ਹੋਰ ਕੀ ਚੀਜ਼ਾਂ ਸਾਹਮਣੇ ਆਈਆਂ ਕਿ ਮਾਸਟਰਮਾਈਂਡ ਕੌਣ ਸੀ ਨਾ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਇਹਨਾਂ ਦਾ ਜਿਹੜਾ ਇੱਕ ਜਿਹੜਾ ਪ੍ਰਿੰਸ ਹੈ ਪਰਮਵੀਰ ਸਿੰਘ ਪ੍ਰਿੰਸ ਆ ਉਹ ਮਾਸਟਰਮਾਈਂਡ ਆ ਪਲੱਸ ਜਿਹੜਾ ਇਹਨਾਂ ਦੇ ਸਾਡੇ ਨਾਲ ਹੁਣ ਸਾਹਮਣੇ ਆਈ ਕਿ ਜਿਹੜਾ ਪ੍ਰਿੰਸ ਦੇ ਡੈਡੀ ਨੇ ਉਹ ਹਰਪਾਲ ਸਿੰਘ ਨੇ ਉਹ ਕਾਫੀ ਸਾਰੀ ਜਿਹੜਾ ਇਹਨਾਂ ਨੇ ਗੱਡੀ ਇੱਕ ਸਨੇਚ ਕੀਤੀ ਸੀ ਉਹ ਡਿਜ਼ਾਇਰ ਗੱਡੀ ਸਨੈਚ ਕੀਤੀ ਸੀ ਉਹਦੇ ਵਿੱਚ ਉਹਨਾਂ ਜਿਹੜੀਆਂ ਨੰਬਰ ਪੱਟਾਂ ਬਣਾਈਆਂ ਉਹ ਹਰਪਾਲ ਸਿੰਘ ਜਿਹੜੇ ਪ੍ਰਿੰਸ ਦੇ ਡੈਡੀ ਨੇ ਉਹਨਾਂ ਨੇ ਇੱਥੋਂ ਇੱਕ ਫੇਕ ਜਿਹੜੀਆਂ ਉਹਦੇ ਨੰਬਰ ਪੱਟਾ ਬਣਾ ਕੇ ਦਿੱਤੀਆਂ ਸੀਗਾ ਉਹ ਨੰਬਰ ਪੱਟਾਂ ਨੇ ਫੇਕ ਉਹਨੂੰ ਡਿਜ਼ਾਇਰ ਗੱਡੀ ਉੱਡਾ ਕੇ ਤੇ ਕੁਰੂਕhetra ਲੈ ਕੇ ਗਏ ਸੀ ਯਾਨੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਫਾਦਰ ਵੀ ਇਨਵੋਲਵ ਨੇ ਲੇਕਿਨ ਉਹਨਾਂ ਨੇ ਤਾਂ ਅਲੀਗੇਸ਼ਨ ਲਾਇਆ ਕਿ ਮੇਰਾ ਮੁੰਡਾ ਅਚਾਨਕ ਗਾਇਬ ਹੋ ਗਿਆ ਸੀਗਾ ਮੈਂ ਕੰਪਲੇਂਟ ਵੀ ਕਰਾਈ ਸੀ ਉਹ ਸਾਰੀ ਇਹਨਾਂ ਦੀ ਆਪਣੀ ਹੀ ਡਾਕਟਰ ਹਰਪਾਲ ਸਿੰਘ ਦੀ ਜਿਹੜੀ ਸੀਗੀ ਇਹਦੀ ਮੰਨ ਕਰਤ ਕਹਾਣੀ ਸੀ ਔਰ ਜਿਹੜਾ ਗੱਡੀ ਖੋਣ ਤੋਂ ਬਾਅਦ ਪਿਲ ਬ ਔਰ ਉਹ تو ਇਹਨਾਂ ਨੇ ਆਪਣੇ ਡੈਡੀ ਦੇ ਸਾਹਮਣੇ ਇੱਕ ਇੱਕ ਹੋਰ ਵਾਇਸ ਮੈਸੇਜ ਪਾਇਆ ਸੀਗਾ ਕਿ ਤੁਸੀਂ ਜਿਹੜਾ ਮੈਨੂੰ ਇੱਕ ਬਣਾ ਦਿਓ ਕਿ ਮੈਨੂੰ ਕਿਡਨਾਪ ਕਰ ਲਿਆ ਉਹ ਮੇਰੇ ਫੋਨ ਤੇ ਮੇਰਾ ਮੈਸੇਜ ਪਾ ਦਿਓ ਉਹ ਅਸੀਂ ਫੋਨ ਵੀ ਰਿਕਵਰ ਕਰ ਪੂਰੀ ਕਹਾਣੀ ਜਿਹੜੀ ਹੈਗੀ ਉਹ ਸਾਹਮਣੇ ਆ ਰਹੀ ਸਰ ਬਿਲਕੁਲ ਹੁਣ ਤੱਕ ਜਿਹੜੀਆਂ ਵੀ ਜੋ ਵੀ ਇਹਨਾਂ ਦੇ ਕੋਲੋਂ ਬਾਤਾਂ ਕੀਤੀ ਜਾ ਰਹੀ ਆ ਉਹ ਰੱਟ ਜੀ ਸਾਰਾ ਕੁਝ ਸਾਹਮਣੇ ਆ ਚੁੱਕਾ ਜੀ ਹੁਣ ਤੱਕ ਜੀ ਠੀਕ ਹੈ ਤਾਂ ਯਾਨੀ ਕਿ ਉਹਨਾਂ ਦੇ ਫਾਦਰ ਵੀ ਦੀ ਵੀ ਇਨਵੋਲਵਮੈਂਟ ਹੁਣ ਸਾਹਮਣੇ ਆ ਬਿਲਕੁਲ ਜੀ ਜਿਹੜਾ ਉਹਨਾਂ ਨੇ ਆਲਰੇਡੀ ਜਿਹੜਾ ਡਿਸਟ੍ਰਿਕਟ ਪਟਿਆਲਾ ਦਾ ਥਾਣਾ ਰਾਜਪੁਰਾ ਜਿੱਥੇ ਪੈਂਦਾ ਉਹ ਉੱਥੇ ਉਹਨਾਂ ਨੇ ਕੋਈ ਜਿਹੜੀ ਜਾਲੀ ਕੋਈ ਫੇਕ ਐਪਲੀਕੇਸ਼ਨ ਦਿੱਤੀ ਸੀ ਕਿ ਮੈਨੂੰ ਮੇਰੇ ਘਰ 'ਚ ਫਾਇਰਿੰਗ ਕੀਤੀ ਆ ਔਰ ਮੈਨੂੰ ਥ੍ਰੈਟ ਆ ਰਹੀ ਆ ਉਹ ਸਾਰੇ ਜਿਹੜੇ ਆਪਣੀ ਮਨ ਕਰਤ ਕਹਾਣੀਆਂ ਬਣਾ ਕੇ ਪੁਲਿਸ ਨੂੰ ਦੱਸਿਆ ਜਾ ਰਹੇ ਸੀ ਉਹ ਸਾਰਾ ਹੁਣ ਜਿਹੜਾ ਉਹ ਇਨਵੈਸਟਿਗੇਟੇਟਰਾਂ ਦੇ ਸਾਹਮਣੇ ਆ ਚੁੱਕਾ ਹੈ ਔਰ ਲੱਗਦਾ ਕਿ ਉੱਥੇ ਜਿਹੜੀ ਰਾਜਪੁਰਾ ਪੁਲਿਸ ਹੈ ਡਿਸਟ੍ਰਿਕਟ ਪਟਿਆਲਾ ਦੀ ਉਹਨਾਂ ਨੇ ਡਾਕਟਰ ਨੂੰ ਉੱਥੇ ਮੇਰੇ ਖਿਲਾਫ ਅਰੈਸਟ ਵੀ ਕਰ ਲਿਆ ਗਿਆ ਉਹਨੇ ਸਰ ਹੁ ਅਕਸ਼ਨ ਵਧੀ ਜਾ ਰਹੀ ਹੈ ਸਾਨੂੰ ਹੋਰ ਗੱਲਾਂ ਕਾਫੀ ਸਾਰੀਆਂ ਜਿਹੜੀਆਂ ਰਿਵੀਲ ਹੋ ਰਹੀਆਂ ਜਿਹਦੇ ਚੰਨਾਂ ਕਾਫੀ ਸਾਰੇ ਇੱਕ ਪਲਾਨ ਬਣਾਉਂਦੇ ਸੀ ਕਿ ਬੰਦੇ ਨੂੰ ਅਸੀਂ ਕਿਡਨਾਪ ਕਰਨਾ ਕਿਡਨਾਪ ਕਰਕੇ ਬੰਦ ਕਮਰੇ ਚ ਉਹਨੂੰ ਜਿਹੜੀ ਰੈਂਸਮ ਲੈਣੀ ਆ ਉਹ ਕਿਡਨਾਪ ਕਰਕੇ ਹੀ ਰੈਂਸਮ ਲਵਾਂਗੇ ਜੀ ਤੇ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਕਿ ਵੱਡਾ ਨੈਕਸਸ ਜਿਹੜਾ ਹੈਗਾ ਇਹਦੇ ਵਿੱਚ ਜ਼ਿਲੇ ਵਿੱਚ ਕੰਮ ਕਰ ਰਿਆ ਸੀਗਾ ਕਿ ਬੰਦਕ ਬਣਾ ਕੇ ਜਾਂ ਲੂਟ ਖੋ ਕਰਕੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਹੋਰ ਵੀ ਜਿਹੜਾ ਹੈ ਉਹ ਪੂਰੀ ਪਲੈਨਿੰਗ ਚੱਲ ਰਹੀ ਸੀ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੋਰ ਵੀ ਪੁੱਛ ਕਿ ਕਿੰਨੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਕਿਹਦੀ ਕਿਹਦੀ ਇਨਵੋਲਵਮੈਂਟ ਇਸ ਪੂਰੇ ਮਾਮਲੇ ਚ ਹੈਗੀ ਵਾਹਲੀ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ